ਅੰਮ੍ਰਿਤਸਰ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਇੱਕ ਵਾਰ ਫਿਰ ਕਿਸਾਨਾਂ ਨੇ ਅੱਗ ਲਾ ਦਿੱਤੀ। ਹਾਲਾਂਕਿ ਅੱਗ ਲੱਗਣ ਤੋਂ ਬਾਅਦ ਕਿਸਾਨ ਮੌਕੇ ਤੋਂ ਫਰਾਰ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅੱਗ ਰਾਤ ਦੇ ਸਮੇਂ ਲਾਈ ਜਾਂਦੀ ਹੈ। ਇਸ ਬਾਰੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ, ਪਰ ਫਿਰ ਵੀ ਕਿਸਾਨ ਝੋਨੇ ਦੀ ਖਰੀਦ ਰਹਿੰਦ ਖੂੰਹਦ ਨੂੰ ਲਗਾਤਾਰ ਸਾੜ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਦੀ ਸਲਾਹ ਦਿੱਤੀ ਗਈ ਹੈ, ਪਰ ਇਸ ਨੂੰ ਖਤਮ ਕਰਨ ਲਈ ਆਉਣ ਵਾਲੇ ਉਪਕਰਨ ਦੀ ਕੀਮਤ ਉਨ੍ਹਾਂ ਦੀ ਹੈਸੀਅਤ ਤੋਂ ਬਾਹਰ ਨੇ ਤੇ ਉਨ੍ਹਾਂ ਕੋਲ ਅੱਗ ਲਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਅੱਗ ਤੇ ਵੈਸੇ ਨਹੀਂ ਲਾਉਣੀ ਚਾਹੀਦੀ, ਪਰ ਅੱਗ ਤੋਂ ਬਗੈਰ ਹੁਣ ਸਰਦਾ ਵੀ ਨਹੀਂ ਗਾ, ਨਾੜ ਕਿੱਥੇ ਲਿਖੇ ਜਾ, ਪਰਾਲੀ ਕਿੱਥੇ, ਪਰਾਲੀ ਦੇ ਬੁੱਥੇ ਜਿਹੜੇ ਆ, ਮਤਲਬ ਵੀ ਉਹ ਵੀ ਸਾੜਨੇ ਤਾਂ ਪੈਂਦੇ ਹੀ ਆ, ਅਤੇ ਫਿਰ ਹੀ ਕਿਸਾਨ ਮਤਲਬ ਵੀ ਆਪਣੀ ਫਸਲ ਦੂਜੀ ਬੀਜ ਸਕਦਾ। ਉਹ ਤਾਂ ਹੈ ਹੀ ਆ, ਉਹ ਜਿਹੜਾ ਕਿ ਕੀੜੇ ਕਾੜੇ ਦੱਸਦੇ ਆ ਉਹ ਮਰ ਜਾਂਦੇ ਆ, ਅਤੇ ਹੁਣ ਆਪਣਾ ਅਤੇ ਹੁਣ ਸਰਕਾਰ ਨੇ ਵੀ ਆਪਣਾ ਵੇਖਣਾ ਵਾ, ਆਪਾਂ ਆਪਣਾ ਵੇਖਣਾ ਵਾ। ਅਸੀਂ ਤਾਂ ਇਹੋ ਆਉਂਦੇ ਹਾਂ ਵੀ ਜਾਂ ਤਾਂ ਆਪਣਾ ਮਤਲਬ ਵੀ ਆਪਣੀ ਦੇਖਭਾਲ ਦੇ ਅੰਦਰ ਆਪਣਾ ਆਦਮੀ ਕੋਈ ਕਰੇ ਤੋ ਸਾੜੇ, ਜਿਹੜਾ ਕਿ ਦੂਜੇ ਦਾ ਨੁਕਸਾਨ ਨਾ ਕਿਸੇ ਦਾ ਹੋਵੇ। ਪੰਜਾਬ ਸਰਕਾਰ ਤੋਂ ਹੁਣ ਅਸੀਂ ਕੀ ਮੰਗ ਕਰਨੀ ਆ ਵੀ ਇਹੀ ਆ ਵੀ ਮਤਲਬ ਵੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਬਾਰੇ ਕੁਛ ਨਾ ਕੁਛ ਸੋਚੇ ਵੀ ਇਹਦੇ ਬਾਰੇ ਕੀ ਇਹਦੀ ਕੋਈ ਨਵੀਂ ਕੋਈ ਕਾਢ ਨਿਕਲ ਸਕਦੀ ਹੈ। ਠੀਕ ਨਹੀਂ ਹੈ, ਮੰਨਦੇ ਹਾਂ ਵੀ ਠੀਕ ਨਹੀਂ ਹੈ, ਪਰ ਕੀ ਕਰਨ ਕਿਸਾਨ, ਹੁਣ ਤੁਹਾਡੇ ਸਾਹਮਣੇ ਆ, ਤੁਸੀਂ ਆਪ ਸਿਚੁਏਸ਼ਨ ਵੇਖ ਚੁੱਕੇ ਹੋ, ਅਤੇ ਅਸੀਂ ਆ ਦੌਰ ਦੌਰ ਪਾਈ ਹੋਈ ਆ ਪੈਲੀਆਂ ਨੂੰ, ਅਤੇ ਨਾੜ ਇੱਦਾਂ ਦਾ ਉੱਦਾਂ ਵਾ, ਪਰਾਲੀ ਕਿਤੇ ਨਹੀਂ ਗਈ, ਹੁਣ ਉਹਨਾਂ ਨੂੰ ਸਾੜਾਂਗੇ ਇਹਨਾਂ 'ਤੇ ਕੀ ਕਰਾਂਗੇ, ਹੱਦ ਕਿੰਨਾ ਕੁ ਕੁਛ ਕਰ ਲਾਂਗੇ ਅਸੀਂ। ਹੈ ਇਹ ਮੰਨਦੇ ਵੀ ਅਸੀਂ ਸਰਕਾਰ ਦੀ ਗੱਲ ਵੀ ਮੰਨਦੇ ਹਾਂ ਵੀ ਇਹ ਕੋਈ ਹੈ ਵਧੀਆ ਨਹੀਂ ਆ, ਪਰ ਕੀ ਕਰਨ ਕਿਸਾਨ, ਹੈ ਜਾਂ ਤਾਂ ਸਰਕਾਰ ਕਹਿ ਦਿੰਦੀ ਵੀ ਸੰਦ ਲੈ ਆਓ, ਆਹ ਕਰ ਲਓ, ਉਹ ਕਰ ਲਓ, ਹੁਣ ਕਿੰਨੇ ਕੁ ਕਿਸਾਨ ਲੈ ਆਉਣਗੇ, ਹੈ ਹੱਦ 4 ਕਿੱਲੇ ਵਾਲਾ ਕਿਸਾਨ ਆ, ਉਹ ਕੀ ਸੰਦ ਲੈ ਆਊ, ਲੱਖ ਲੱਖ ਡੇਢ ਡੇਢ ਲੱਖ ਦਾ ਸੰਦ ਆ, ਨਾ ਕਿਸੇ ਸੁਸਾਇਟੀ ਦੇ ਨਾ ਕਿਸੇ ਚੰਗੀ ਥਾਂ ਉਪਲਬਧ ਆ, ਜੇ ਸੁਸਾਇਟੀਆਂ 'ਚ ਆਉਂਦੇ ਉਹ ਵੱਡੇ ਕਿਸਾਨ ਲੈ ਜਾਂਦੇ ਆ, ਕੀ ਕਰ ਲੈਣਗੇ ਕਿਸਾਨ। ਬੰਜਰ ਹੋਣ ਦਾ ਜਿੰਨੀ ਕੁ ਸੋਇਲ ਖਰਾਬ ਹੁੰਦੀ ਆ ਉਨਾ ਕੁ ਤਾਂ ਜਿੱਦਾਂ ਸਾਇੰਸ ਵੀ ਪੜ੍ਹਦੇ ਹਾਂ ਆਪਾਂ, ਉਨੀ ਕੁ ਤਾਂ ਰੀਗੇਨ ਉਹ ਕਰ ਦਿੰਦੀ ਆ। ਦੂਜੀ ਗੱਲ ਪੋਲਿਊਸ਼ਨ ਦੀ, ਜਾਂ ਇੰਨਾ ਪੋਲਿਊਸ਼ਨ ਮੇਰੇ ਹਿਸਾਬ ਨਾਲ ਨਹੀਂ ਇਹ ਉਹ ਕਰਦੇ, ਕਿੰਨੇ ਕਿਸਾਨ ਹੱਦ ਕਿੰਨਾ ਕੁ ਸਾੜਨਗੇ, ਕਈ ਨਹੀਂ ਵੀ ਸਾੜਦੇ। ਨਹੀਂ, ਪੰਜਾਬ ਸਰਕਾਰ ਨੇ ਕਿਹਾ ਸੀ ਵੀ ਪਿੰਡ ਪਿੰਡ ਵਿੱਚ 4-4 ਮਸ਼ੀਨਾਂ ਦਿੱਤੀਆਂ ਜਾਣਗੀਆਂ ਜਿਹੜੀਆਂ ਪਰਾਲੀ ਨੂੰ ਇਕੱਠੀਆਂ ਕਰਨਗੀਆਂ, ਅਤੇ ਉਹ ਪਰਾਲੀ ਤੁਹਾਡੀ ਮੁੱਲ ਵਿਕੂਗੀ, ਉਹਦਾ ਕਿਸਾਨ ਨੂੰ ਕੋਈ ਪ੍ਰੋਫਿਟ ਹੋਊਗਾ। ਪਰ ਉਹ ਜਿਹੜੀਆਂ ਮਸ਼ੀਨਾਂ ਮਿਲੀਆਂ ਵੀ ਆ ਉਹ ਵੀ ਕਿਸਾਨਾਂ ਕੋਲੋਂ 1500-1500 ਰੁਪਈਆ ਕਿੱਲੇ ਦਾ ਲੈ ਰਹੀਆਂ। ਅੱਛਾ, 1500 ਰੁਪਈਆ ਲੈ ਕੇ ਫਿਰ ਪਰਾਲੀ ਚੁੱਕ ਰਹੀਆਂ, ਇਸ ਕਰਕੇ ਸਰਕਾਰ ਕੁਛ ਫੇਰ ਰਹੀ ਹੈ। ਕਿੱਦਾਂ ਦਾ ਹੱਲ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਵੀ ਇਹ ਪਿੰਡ ਪੱਧਰ 'ਤੇ 2-2-3 ਮਸ਼ੀਨਾਂ ਦਿੱਤੀਆਂ ਜਿਹਨਾਂ ਵਾਰੀ ਨਾਲ ਪਰਾਲੀ ਨੂੰ ਇਕੱਠੀ ਕਰਕੇ ਜਿਹੜੀ ਬਾਹਰ ਢੇਰੀ ਲੱਗ ਜਾਵੇ। ਇਹੀ ਨਹੀਂ, ਜੇ ਮਸ਼ੀਨਰੀ ਮਿਲ ਜੇ ਅਤੇ ਜੇ ਪੈਲੀ ਦੇ ਵਿੱਚ ਵਗ ਜੇ, ਪੈਲੀ ਦੀ ਸਿਹਤ ਸੁਧਰਦੀ ਇਹਦੇ ਨਾਲ।